ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰ। ਸੋ ਜਿਹਨੂੰ ਪੰਜਾਬ ਚਾਹੁੰਦਾ ਸੀ ਜੀ, ਉਹਨੂੰ ਪੰਜਾਬ ਨੇ ਚੁਣ ਲਿਆ। ਆਪਣੀ ਪਾਰਟੀ ਦੀ ਹਾਰ ਹੋਈ ਆ। ਸੋ ਬਹੁਤ ਬਹਾਦਰੀ ਨਾਲ ਲੜ ਕੇ ਹਾਰ ਹੋਈ ਆ। ਭਗਵੰਤ ਮਾਨ ਨੇ ਇੱਕ ਪਹਿਲੀ ਵਾਰ ਕਿਸੇ ਤੀਜੀ ਧਿਰ ਦਾ ਪਰਚਮ ਲਹਿਰਾਇਆ, ਤੀਜੀ ਧਿਰ ਦਾ। ਸੋ ਜਿੱਦਾਂ ਪੰਜਾਬੀਆਂ ਨੂੰ ਪਸੰਦ ਸੀ, ਜੋ ਪੰਜਾਬੀਆਂ ਨੂੰ ਉਮੀਦਾਂ ਸਨ, ਉਹ ਤਾਂ ਖੈਰ ਨਹੀਂ ਹੋ ਸਕੀਆਂ। ਜੋ ਆਪਣੀ ਪਾਰਟੀ ਨਾਲ ਜੁੜੇ ਹੋਏ ਪੰਜਾਬੀ ਸੀ, ਸੋ ਸਮੂਹ ਪੰਜਾਬੀ ਤਾਂ ਕਹਿ ਨਹੀਂ ਸਕਦੇ, ਸਮੂਹ ਪੰਜਾਬੀ ਤਾਂ ਫਿਰ ਜੋ ਚਾਹੁੰਦੇ ਸਨ ਉਹਨਾਂ ਨੇ ਚੁਣ ਲਈ ਆ। ਸੋ ਹੋਪਫੁਲੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਹੋਣਗੇ ਮੁੱਖ ਮੰਤਰੀ, ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ। ਆਪਾਂ ਸ਼ਾਇਦ ਦੂਜੇ 'ਤੇ ਸਥਾਨ 'ਤੇ ਚੱਲ ਰਹੇ ਹਾਂ। ਆਈ ਡੋਂਟ ਨੋ, ਮਤਲਬ ਲਗਭਗ ਇਹ ਕਲੀਅਰ ਹੋ ਚੁੱਕਿਆ ਕਿ ਇੱਕ ਕਲੀਅਰ ਕੱਟ ਮੈਜੋਰਿਟੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ। ਸੋ ਹੁਣ ਗੱਲ ਇਹ ਆ, ਭਗਵੰਤ ਮਾਨ ਬਾਈ ਦੀ ਬੜੀ ਵੱਡੀ ਇਸ ਇਲੈਕਸ਼ਨ ਦੇ ਵਿੱਚ ਦੇਣ। ਉਸ ਬੰਦੇ ਨੇ ਜਿਵੇਂ ਇਲੈਕਸ਼ਨ ਦੇ ਵਿੱਚ ਕੰਪੇਨ ਚਲਾਈ, ਉਹ ਬੜੀ ਕਾਬਲੇ ਤਾਰੀਫ ਸੀ। ਅੱਜ ਤੱਕ ਕਦੇ ਵੀ ਤੀਜੀ ਧਿਰ ਇੱਥੇ ਅਕਾਲੀ ਔਰ ਕਾਂਗਰਸੀਆਂ ਤੋਂ ਬਿਨਾਂ ਕਦੇ ਕੋਈ ਟੱਕਰ ਨਹੀਂ ਦੇ ਸਕੀ। ਟੱਕਰ ਤਾਂ ਆਪਾਂ ਵੀ ਨਹੀਂ ਦੇ ਸਕੇ, ਪਰ ਹਾਂ ਇੱਕ ਤਕੜੀ ਹਾਜ਼ਰੀ ਜ਼ਰੂਰ ਲਵਾਈ। ਟੱਕਰ ਆਪਾਂ ਤਾਂ ਕਹਿ ਸਕਦੇ ਸੀ ਜੇ 8-10 ਸੀਟਾਂ ਘੱਟ ਹੁੰਦੀਆਂ ਕਾਂਗਰਸ ਤੋਂ ਜਾਂ ਜੇਤੂ ਪਾਰਟੀ ਤੋਂ, ਉਹਨੂੰ ਆਪਾਂ ਕਹਿੰਦੇ ਟੱਕਰ। ਸੋ ਮੈਂ ਨਹੀਂ ਕਹਿੰਦਾ ਆਪਾਂ ਟੱਕਰ ਦੇ ਪਾਏ ਹਾਂ। ਸੱਚ ਕਬੂਲਣ ਦੇ ਵਿੱਚ ਕੋਈ ਵੀ ਤਕਲੀਫ ਨਹੀਂ, ਸੱਚ ਕਬੂਲਣ ਦੇ ਵਿੱਚ ਕੋਈ ਕਠਿਨਾਈ ਨਹੀਂ। ਸੱਚ ਇਹ ਹੈ ਕਿ ਆਪਾਂ ਕਾਫੀ ਪਿੱਛੇ ਹਾਂ, ਪਰ ਜਿਸ ਤਰ੍ਹਾਂ ਲੜਾਈ ਲੜੀ ਵਲੰਟੀਅਰਸ ਨੇ, ਮਾਨ ਸਾਹਿਬ ਹੋਰਾਂ ਨੇ, ਉਹ ਕਾਬਲੇ ਤਾਰੀਫ ਸੀ। ਮਾਨ ਸਾਹਿਬ ਆਪਦੀ ਸੀਟ ਹਾਰ ਗਏ, ਸੁਖਬੀਰ ਸਿੰਘ ਬਾਦਲ ਜਿੱਤ ਗਏ ਨੇ। ਸੋ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉੱਥੇ ਪੈਸਾ ਚੱਲਿਆ ਜਾਂ ਉੱਥੇ ਕੀ ਹੋਇਆ। ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸੁਖਬੀਰ ਬਾਦਲ ਨੂੰ ਲੋਕ ਪਸੰਦ ਕੀਤਾ, ਉਹਨਾਂ ਨੂੰ ਵੋਟਾਂ ਪਾਈਆਂ ਨੇ। ਸੋ ਹਾਰ ਕਬੂਲਣ ਵਾਸਤੇ ਵੀ ਕੋਈ ਇਹੋ ਜਿਹਾ, ਕਈ ਵਾਰ ਐਂ ਹੋ ਜਾਂਦਾ ਵੀ ਯਾਰ ਬੁਖਲਾ ਜਾਂਦੇ ਆ, ਆਪਸ ਦੇ ਵਿੱਚ ਖਿੱਝ ਨਿਕਲਦੀ ਹੈ। ਸੋ ਇੱਦਾਂ ਦੀ ਕੋਈ ਗੱਲ ਨਹੀਂ, ਬਹੁਤ ਬਹੁਤ ਹੀ ਜ਼ਬਰਦਸਤ ਪਹਿਲੀ ਵਾਰ ਕੋਈ ਇੱਦਾਂ ਬੰਦਾ ਨੇ ਫਾਈਟ ਕੀਤੀ ਆ। ਨਹੀਂ ਅੱਜ ਤੱਕ ਕੀ ਹੁੰਦਾ ਆ ਕਿ ਜਾਂ ਕਾਂਗਰਸ ਜਾਂ ਅਕਾਲੀ। ਸੋ ਹੋਇਆ ਐਤਕੀ ਵੀ ਇੱਦਾਂ ਹੀ ਆ, ਜਾਂ ਕਾਂਗਰਸ ਜਾਂ ਅਕਾਲੀ, ਹੋਇਆ ਐਤਕੀ ਵੀ ਉੱਦਾਂ ਹੀ ਆ। ਅਕਾਲੀ ਚਲੇ ਗਏ, ਕਾਂਗਰਸ ਆ ਗਈ। ਬਟ ਦ ਵੇ ਯੂ ਫਾਊਟ, ਜਿਸ ਤਰ੍ਹਾਂ ਤੁਸੀਂ ਲੜੇ ਯਾਰ, ਵਾਕਈ ਬਹੁਤ ਘੈਂਟ ਗੱਲ ਸੀਗੀ ਯਾਰ।
ਤੇ ਤੁਹਾਡੇ ਰੂਬਰੂ ਹੁੰਦੇ ਰਹੇ, ਬੜੇ ਲੋਕਾਂ ਨਾਲ ਯਾਰ ਨਵਿਆਂ ਨਾਲ ਮਿਲਿਆ, ਕਈ ਬਾਈ ਗਰਮ ਵੀ ਹੋ ਜਾਂਦੇ ਸੀ, ਕਈਆਂ ਨੂੰ ਆਪਣੀਆਂ ਸ਼ਕਲਾਂ ਨਾਲ ਨਫ਼ਰਤ ਸੀ। ਸੋ ਇਹ ਇੱਕ ਇੱਦਾਂ ਦੀ ਗੱਲ ਸੀਗੀ, ਬੜਾ ਨਵੇਂ ਵੱਖਰੇ ਐਕਸਪੀਰੀਅੰਸ ਸੀਗੇ। NRI ਵੀਰਾਂ ਨਾਲ ਬਹੁਤ ਇੰਟਰੈਕਟ ਕਰਨ ਦਾ ਮੌਕਾ ਮਿਲਿਆ। ਕਈ ਅੱਜ ਜੇ ਮੈਂ ਆਪਦੀ ਨਿੱਜੀ ਗੱਲ ਕਰਾਂ, ਚਲੋ ਇੱਕ ਆਮ ਮੈਂ ਤਾਂ ਮਾਨ ਸਾਹਿਬ ਦਾ ਸਪੋਰਟਰ ਸੀ, ਮੇਰਾ ਪਾਰਟੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਸੀ, ਮੈਂ ਸਿਰਫ ਮਾਨ ਨੂੰ ਸਮਰਪਿਤ ਸੀ, ਸਮਰਪਿਤ ਹਾਂ, ਸਮਰਪਿਤ ਰਹਾਂਗਾ, ਇਹ 'ਚ ਕੋਈ ਸ਼ੱਕ ਨਹੀਂ। ਮਾਨ ਜਿਹੜੀ ਵੀ ਲੜਾਈ ਦੇ ਵਿੱਚ ਸਾਨੂੰ ਲਾਊਗਾ, ਅਸੀਂ ਉਸ ਲੜਾਈ ਦੇ ਵਿੱਚ ਉਹਦੇ ਨਾਲ ਖੜਾਂਗੇ। ਅਸੀਂ ਉਹਨੂੰ ਦੋਸਤ ਵੀ ਮੰਨਦੇ ਹਾਂ, ਭਰਾ ਵੀ ਆ, ਵੀਰ ਵੀ ਆ, ਆਈਡੀਅਲ ਵੀ ਆ। ਉਹ ਬੰਦੇ ਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ, ਇਸ ਲਈ ਬਿਲਕੁਲ ਉਹਦੇ ਨਾਲ ਆ, ਬਹੁਤ ਮਾਣ ਹੈ ਉਹਦੇ 'ਤੇ। ਹਾਂ, ਮੈਂ ਜਿਹੜੀ ਗੱਲ ਕਰਦਾ ਸੀ ਆਪਦੀ ਨਿੱਜੀ, ਕਿ ਬੜੇ ਲੋਕਾਂ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ। ਅੱਜ ਉਹ ਮੇਰੇ ਨਿੱਜੀ ਦੋਸਤ ਨੇ, ਅੱਜ ਉਹ ਮੈਨੂੰ ਫੋਨ ਕਰਦੇ ਨੇ। ਉਹਨਾਂ ਦੇ ਵਿੱਚ ਕੁਛ ਮੁੰਡੇ ਇਹੋ ਜਿਹੇ ਨੇ ਜਿਹੜੇ ਪਹਿਲਾਂ ਮੇਰੇ ਨਾਲ ਉਹਨਾਂ ਦੀ ਖੜਕਦੀ ਸੀ, ਮੇਰੇ ਨਾਲ ਉਹ ਮੈਨੂੰ ਕਹਿੰਦੇ ਹੁੰਦੇ ਸੀ, ਬਾਈ ਸਾਨੂੰ ਤੇਰੀ ਸ਼ਕਲ ਤੋਂ ਤੂੰ ਫੁਕਰਾ ਲੱਗਦਾ ਆ, ਸਾਨੂੰ ਅਸੀਂ ਤੈਨੂੰ ਦੇਖਣਾ ਪਸੰਦ ਨਹੀਂ ਕਰਦੇ। ਫਿਰ ਉਹੀ ਕਹਿੰਦੇ ਯਾਰ ਸੋਰੀ ਯਾਰ, ਆਪਾਂ ਤਾਂ ਉਈ ਲੜਦੇ ਰਹੇ ਯਾਰ, ਆਪਾਂ ਹੈਗੇ ਤਾਂ ਪੰਜਾਬ ਤੋਂ ਆ ਵੀਰੇ, ਹੈ ਨਾ, ਤੁਸੀਂ ਜੇ ਕਿਸੇ ਹੋਰ ਪਾਰਟੀ ਨਾਲ ਹੋ ਗਿਆ ਫਿਰ ਕੀ ਹੋ ਗਿਆ, ਇੱਦਾਂ ਜੇ ਹੈ ਨਾ ਸਾਡਾ ਪਿਆਰ ਪੈ ਗਿਆ। ਸੋ ਬੜੇ ਖੱਟੇ ਮਿੱਠੇ ਲੋਕਾਂ ਨਾਲ ਐਕਸਪੀਰੀਅੰਸ ਹੋਏ। ਹਾਂ, ਇੱਕ ਇਸ ਚੋਣਾਂ ਦੀ ਪ੍ਰਾਪਤੀ ਮੈਂ ਦੱਸਦਾ, ਇਹਨਾਂ ਚੋਣਾਂ ਦੀ ਪ੍ਰਾਪਤੀ ਇਹ ਆ ਕਿ ਤਿੰਨਾਂ ਪਾਰਟੀਆਂ ਦੇ ਵਿੱਚ ਕੰਪੀਟੀਸ਼ਨ ਪੈਦਾ ਕਰਤਾ ਕਿ ਜੋ ਕੰਮ ਕਰੂਗਾ ਉਹ ਰਹੂਗਾ। ਦੋ ਜਣੇ ਜਦੋਂ ਹੁੰਦੇ ਉਦੋਂ ਪਤਾ ਹੁੰਦਾ ਵੀ ਜਾਂ ਤੂੰ ਜਾਂ ਮੈਂ, ਜਾਂ ਤਿੰਨ ਹੁੰਦੇ ਨੇ ਤਾਂ ਕਿਸੇ ਦੀ ਵੀ ਪਰਚੀ ਨਿਕਲ ਸਕਦੀ ਹੈ। ਸੋ ਜਿਹੜਾ ਮਿਹਨਤ ਕਰੂਗਾ ਉਹਦਾ ਨੰਬਰ ਲੱਗੂਗਾ। ਕੰਪੀਟੀਸ਼ਨ ਦਿੱਤਾ, ਮਾਨ ਆਪਦਾ ਕੰਮ ਪਾਰਲੀਮੈਂਟ ਦੇ ਵਿੱਚ ਐਂ ਕਰਦਾ ਰਹੂਗਾ, ਤੁਹਾਨੂੰ ਮਾਣ ਆ ਉਹਦੇ 'ਤੇ, ਉਹਦੀ ਮਿਹਨਤ ਕਦੇ ਅਜਾਈ ਨਹੀਂ ਜਾਊਗੀ। ਇੱਕ ਚੰਗੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ ਪੰਜਾਬੀ। ਸੋ ਜਿੰਨੇ ਨਵੇਂ ਮੁੰਡੇ ਕੁੜੀਆਂ ਜਿੱਤੇ ਨੇ, ਇਹ ਕਦੇ ਹੋਣ ਵਾਲਾ ਨਹੀਂ ਸੀ ਇਤਿਹਾਸ ਦੇ ਵਿੱਚ ਕਿ ਨਵਿਆਂ ਨੂੰ ਮੌਕਾ ਮਿਲ ਜਾਂਦਾ। ਸੋ ਉਹਨਾਂ ਨੂੰ ਦੇ ਤਾ, ਉਹ ਵਿਧਾਨ ਸਭਾ 'ਚ ਪਹੁੰਚਣਗੇ, ਸਿੱਖਣਗੇ, ਹੋਰ ਡੂੰਘੇ ਵਿਚਾਰ ਉਹਨਾਂ ਦੇ ਬਣਨਗੇ, ਪਰਪੱਕ ਵਿਚਾਰ ਬਣਨਗੇ, ਲੜਨਗੇ, ਕਰਪਸ਼ਨ ਦੇ ਅਗੇਂਸਟ ਖੜਨਗੇ। ਸੋ ਇੱਕ ਹਾਰ ਨਾਲ ਕਹਾਣੀ ਕਦੇ ਖਤਮ ਨਹੀਂ ਹੁੰਦੀ ਹੁੰਦੀ। ਫਤਵਾ ਹੈ ਜੋ ਇਹ ਆਪਣੇ ਹੱਕ ਦੇ ਵਿੱਚ ਨਹੀਂ ਆਇਆ, ਤਾਂ ਇਹਦੇ ਨਾਲ ਨਾ ਤਾਂ ਆਪਣੇ ਅਸੂਲ ਡਗਮਗਾ ਸਕਦੇ ਨੇ, ਨਾ ਇਹਦੇ ਨਾਲ ਸਾਡੀਆਂ ਕੰਮ ਕਰਨ ਦੀ ਇੱਛਾ ਡਗਮਗਾ ਸਕਦੀ ਹੈ, ਨਾ ਇਹਦੇ ਨਾਲ ਸਾਡੀ ਮਾਨ ਨਾਲ ਦੋਸਤੀ, ਮਾਨ ਨਾਲ ਪਿਆਰ ਉਹ ਡਗਮਗਾ ਸਕਦਾ। ਉਹ ਖੁਦ ਬੰਦਾ ਯਾਰਾਂ ਦਾ ਯਾਰ ਹੈ, ਸੋ ਉਹਦੇ ਨਾਲ ਤਾਂ ਹਮੇਸ਼ਾ ਸਾਰਾ ਪੰਜਾਬ ਹੀ ਹੈ। ਸੋ ਵੋਟਾਂ ਭਾਵੇਂ ਨਹੀਂ ਪਾਈਆਂ, ਪਰ ਅੱਜ ਵੀ ਹੱਥ ਖੜਾ ਕਰਕੇ ਜੇ ਕੋਈ ਪੁੱਛੇ ਤਾਂ ਮਾਨ ਦੇ ਹੱਕ ਦੇ ਵਿੱਚ ਹਰ ਹੱਥ ਖੜਾ ਹੁੰਦਾ,
ਤੇ ਉਹਦੇ ਲਈ ਰਿਸਪੈਕਟ ਵੀ ਹੈ, ਪਿਆਰ ਵੀ ਹੈ, ਕਿਉਂਕਿ ਉਹ ਸਿੱਧਾ ਬੰਦਾ ਯਾਰ, ਹੈ ਨਾ। ਕਹਿ ਲਓ ਵੀ ਉਹ ਪੋਲੀਟੀਸ਼ੀਅਨ ਨਹੀਂ ਹੈ, ਜਿਹੜੀ ਗੱਲ ਕਹਿਣੀ ਹੁੰਦੀ ਹੈ ਸਿੱਧੀ ਕਹਿੰਦਾ, ਅਤੇ 20-22 ਸਾਲ ਤੋਂ ਪੰਜਾਬ ਦੇ ਹਾਸਿਆਂ ਦੇ ਵਿੱਚ ਸ਼ਰੀਕ ਆ ਉਹ, 20-22 ਸਾਲ ਤੋਂ ਪੰਜਾਬੀਆਂ ਨੂੰ ਹਸਾਉਂਦਾ ਰਿਹਾ। ਜਿਹੜਾ ਹਸਾਉਂਦਾ ਹੋਵੇ ਯਾਰ, ਉਹ ਤਾਂ ਉਵੇਂ ਬੰਦਾ ਚੰਗਾ ਹੁੰਦਾ। ਸੋ ਕੋਈ ਗੱਲ ਨਹੀਂ, ਸੋ ਤੁਸੀਂ ਵੀ ਕਮੈਂਟਸ ਦੇ ਵਿੱਚ ਲਿਖ ਰਹੇ ਹੋ ਵੀ ਕੋਈ ਨਹੀਂ ਵੀਰ, ਲੋਕਾਂ ਦਾ ਕੁਛ ਨਹੀਂ ਹੋ ਸਕਦਾ। ਸੋ ਵੀਰ ਇੱਦਾਂ ਨਾ ਕਹੋ, ਲੋਕਾਂ ਨੇ ਆਪਦੀ ਸਰਕਾਰ ਚੁਣੀ ਆ, ਇਹ ਨਾ ਕਹੋ ਵੀ ਯਾਰ ਲੋਕ, ਕਈ ਬਾਈ ਲਿਖ ਰਹੇ ਕਹਿੰਦੇ ਚਿੱਤਰ ਖਾਣ ਦੇ ਆਦੀ ਨੇ, ਠੀਕ ਆ ਤੁਹਾਨੂੰ ਅੱਜ ਭਾਵਨਾਵਾਂ ਦੇ ਤੌਰ 'ਤੇ ਲੱਗ ਰਿਹਾ, ਪਰ ਬਾਈ ਉਹਨਾਂ ਨੂੰ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਤੋਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ, ਸਰਦਾਰ ਸੁਖਬੀਰ ਸਿੰਘ ਬਾਦਲ ਤੋਂ, ਉਹਨਾਂ ਤੋਂ ਚੰਗਾ ਮੰਨਿਆ, ਠੀਕ ਹੈ। ਸੋ ਉਹਨਾਂ ਦੇ ਫੈਸਲੇ ਦੀ ਕਦਰ ਹੈ ਯਾਰ, ਉਹਨਾਂ ਦੇ ਫੈਸਲੇ ਨਾਲ ਹੋ ਸਕਦਾ ਪੰਜਾਬ ਦਾ ਭਲਾ ਹੋਵੇ। ਕੈਪਟਨ ਅਮਰਿੰਦਰ ਸਿੰਘ ਇੱਕ ਅੱਛੇ ਪ੍ਰਸ਼ਾਸਕ ਦੇ ਤੌਰ 'ਤੇ ਹੀ ਜਾਣੇ ਜਾਂਦੇ ਨੇ, ਹੋਰ ਚੰਗੇ ਬਣ ਕੇ ਉੱਭਰਨਗੇ। ਪੰਜਾਬ ਦੇ ਪਾਣੀਆਂ ਵਗੈਰਾ ਦੇ ਮਸਲਿਆਂ ਨੇ, ਜਿੰਨੇ ਵੀ ਨਸ਼ੇ ਵਗੈਰਾ ਦੇ ਮਸਲੇ ਨੇ, ਸਾਰੇ ਇਹ ਹੱਲ ਕਰਨਗੇ। ਇੱਕ ਦਲੇਰ ਸ਼ਖਸ ਵਜੋਂ ਜਾਣੇ ਜਾਂਦੇ ਨੇ। ਸੋ ਇਹ ਨਾ ਸੋਚੋ ਵੀ ਕੁਛ ਮਾੜਾ ਹੋਇਆ, ਵੈਸੇ ਵੀ ਮਾੜਾ ਕਿਵੇਂ ਹੋ ਸਕਦਾ, ਜਿਨ੍ਹਾਂ ਨੂੰ ਕਲੀਨ ਮਜੋਰਟੀ ਦਿੱਤੀ ਹੈ ਪੰਜਾਬੀਆਂ ਨੇ। ਸੋ ਉਹ ਪੰਜਾਬੀਆਂ ਨੇ ਕੋਈ ਸੋਚ ਸਮਝ ਕੇ ਹੀ ਦਿੱਤੀ ਹੋਊਗੀ। ਜੇ ਆਪਾਂ ਨੂੰ ਉਹਨਾਂ ਜਿੰਨਾ ਪਿਆਰ ਨਹੀਂ ਮਿਲਿਆ, ਉਹਨਾਂ ਜਿੰਨੀਆਂ ਵੋਟਾਂ ਨਹੀਂ ਪਾਈਆਂ, ਤਾਂ ਪੰਜਾਬ ਨੇ ਉਹਦੇ ਵਿੱਚੋਂ ਆਪਦਾ ਭਵਿੱਖ ਦੇਖਿਆ। ਸੋ ਸਾਰਿਆਂ ਨੂੰ ਸ਼ੁਭਕਾਮਨਾਵਾਂ ਨੇ। ਹਾਂ, ਇੰਨਾ ਜ਼ਰੂਰ ਆ ਵੀ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਐਡੀ ਕੁ ਵੀ ਫਾਈਟ ਇੱਥੇ ਪੰਜਾਬ ਦੇ ਵਿੱਚ ਤੀਜੀ ਪਾਰਟੀ ਦੇ ਸਕੂਗੀ। ਸੋ ਉਹ ਦੇਤੀ ਆ। ਤੁਸੀਂ ਬਹੁਤ ਘੈਂਟ, ਅਣਖੀ, ਦਲੇਰ। ਇੱਕ ਤੁਹਾਨੂੰ ਗੱਲ ਹਮੇਸ਼ਾ ਮਾਣ ਰਹੂਗਾ ਵੀ ਯਾਰ ਅਸੀਂ ਵੋਟ ਗਲਤ ਥਾਵੇਂ ਨਹੀਂ ਪਾਈ, ਅਸੀਂ ਸਾਫ਼ ਬੰਦਿਆਂ ਨੂੰ ਵੋਟ ਪਾਈ ਆ, ਸਾਫ਼ ਕਿਰਦਾਰਾਂ ਨੂੰ ਵੋਟ ਪਾਈ ਆ, ਦਿਲੋਂ ਵੋਟ ਪਾਈ ਆ, ਜਿਹਦੇ ਨਾਲ ਚੱਲਿਆ ਦਿਲੋਂ ਚੱਲਿਆ। NRIਆਂ ਨੇ ਤਾਂ ਬਹੁਤ ਯੋਗਦਾਨ ਦਿੱਤਾ, ਪੈਸੇ ਟਕੇ ਦਾ ਵੀ ਦਿੱਤਾ ਯਾਰ, ਹੈ ਨਾ। ਜਿੱਥੇ ਵੀ ਬੈਠੇ ਸੀ ਉਹਨਾਂ ਨੇ ਕੰਪੇਨ ਚਲਾਈ ਆ, ਅਤੇ ਬਹੁਤ ਹੀ ਉਹਨਾਂ ਨੇ ਆਪਦੇ ਪਰਿਵਾਰਾਂ ਨਾਲ ਵੀ ਰਾਬਤੇ ਕਾਇਮ ਰੱਖੇ ਨੇ, ਹੈ ਨਾ। ਸੋ ਬਾਹਲਾ ਇੱਕ ਅਲੱਗ ਤਰ੍ਹਾਂ ਦੀ ਵਿਲੱਖਣ ਚੋਣ ਲੜੀ ਯਾਰ ਤੁਸੀਂ, ਤੁਸੀਂ ਐਤਕੀ ਦਿਖਾਤਾ ਵੀ ਪੰਜਾਬੀ ਜੇ ਕਿਸੇ ਰਾਹ ਜਾਂਦੇ ਬੰਦੇ ਨਾਲ ਵੀ ਖੜ ਜਾਵੇ, ਤਾਂ ਜਿਹੜਾ ਖੜ ਗਿਆ ਉਹ ਬਦਲੂਗਾ ਨਹੀਂ, ਉਹ ਉੱਥੇ ਰਹੂਗਾ, ਉਹ ਕਹੂਗਾ ਬਾਈ ਮੈਂ ਇਹਦੇ ਨਾਲ ਜ਼ਬਾਨ ਕਰਤੀ। ਸੋ ਜਿੰਨਿਆਂ ਨੇ ਭਗਵੰਤ ਬਾਈ ਨਾਲ ਜ਼ਬਾਨ ਕੀਤੀ ਹੋਈ ਸੀ, ਉਹ ਜ਼ਬਾਨ ਦੇ ਖਰੇ ਉੱਤਰੇ ਨੇ, ਉਹ ਹੋਰ ਅੱਗੇ ਤਕੜਾ ਬਣ ਕੇ ਉੱਭਰੂਗਾ, ਲੜਾਈ ਫਿਰ ਲੜੂਗਾ, ਉਹਦੇ ਕੋਲ ਬਹੁਤ ਸਮਾਂ। ਉਹ 80-90 ਵਾਲਾ ਤਾਂ ਹੈ ਨਹੀਂ, ਉਹ ਤੋਂ ਅੱਧੀ ਉਮਰ ਦਾ, ਉਹਦੇ ਕੋਲ ਬਹੁਤ ਸਮਾਂ, ਉਹ ਫਿਰ ਆਊਗਾ, ਫਿਰ ਤੁਹਾਡੀ ਉਹ ਗੱਲ ਚੱਕੂਗਾ। ਦੇਖੋ ਉਹਨੇ ਸਾਰਾ ਕੁਛ ਹਮੇਸ਼ਾ ਗੱਲ ਤੁਹਾਡੀ ਉਹ ਚੱਕੀ ਹੈ। ਸੋ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਜਿਹੜੇ ਜਿੱਤੇ ਨੇ ਉਹ ਵੀ ਤਾਂ ਪੰਜਾਬੀ ਹੋਣੇ ਨਾ। ਕਈ ਆਪਾਂ ਨੂੰ ਇੱਥੇ ਕਮੈਂਟਸ ਆਈ ਜਾ ਰਹੇ ਨੇ ਵੀ ਯਾਰ ਆਪਾਂ ਹਾਰ ਗਏ, ਬਿਲਕੁਲ ਹਾਰ ਗਏ ਆਪਾਂ ਹਾਰ ਗਏ, ਪਰ ਇਹ ਦੇਖੋ ਜਿੱਤਿਆ ਕੌਣ ਹੈ, ਜਿੱਤੇ ਵੀ ਤਾਂ ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਬਣਾਇਆ। ਐਂ ਤਾਂ ਹੈ ਨਹੀਂ ਵੀ ਆਪਾਂ ਹਾਰ ਗਏ ਹਰਿਆਣੇ ਵਾਲੇ ਜਿੱਤ ਗਏ, ਐਂ ਤਾਂ ਹੈ ਨਹੀਂ ਵੀ ਆਪਾਂ ਹਾਰ ਗਏ UP ਵਾਲੇ ਜਿੱਤ ਗਏ ਅਤੇ ਉਹਨਾਂ ਨੇ ਸਰਕਾਰ ਬਣਾ ਲਈ, ਨਹੀਂ ਸਰਕਾਰ ਪੰਜਾਬੀਆਂ ਨੂੰ ਵੀ ਬਣਾਈ ਹੈ। ਸੋ ਤੁਹਾਨੂੰ ਬਹੁਤ ਬਹੁਤ ਪਿਆਰ। ਵੈਸੇ
ਜਿੰਨੇ ਕੁ NRI ਯਾਰ, ਚਲੋ ਬਿਨਾਂ NRI ਇੰਡੀਆ ਵਾਲੇ ਵੀ ਜਿੰਨੇ ਕੁ ਦੇਖ ਰਹੇ ਨੇ, ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਵੀਰੇ, ਤੁਹਾਨੂੰ ਵਿਹਲੇ ਨਹੀਂ ਬਹਿਣ ਦਿੰਦੇ ਹੈਗੇ, ਤੁਹਾਨੂੰ ਕੰਮ ਲਾ ਕੇ ਰੱਖਾਂਗੇ। ਅਸੀਂ ਖੁਦਕੁਸ਼ੀ ਪੀੜਿਤ ਪਰਿਵਾਰਾਂ ਵਾਸਤੇ, ਜਿਹੜੇ ਕਿਸਾਨ ਜੱਟ ਭਰਾ ਆਪਣੇ ਅੰਨਦਾਤਾ ਹੋਣ ਦੇ ਬਾਵਜੂਦ ਸੁਸਾਈਡ ਕਰ ਗਏ, ਪਿੱਛੇ ਧੀਆਂ ਵਿਆਹੁਣ ਵਾਲੀਆਂ ਰਹਿ ਗਈਆਂ, ਮੁੰਡੇ ਪੜ੍ਹਦੇ ਸੀਗੇ, ਮੁੰਡਾ ਕੋਈ 10ਵੀਂ 'ਚੋਂ ਹਟ ਗਿਆ, ਕੋਈ 11ਵੀਂ 'ਚੋਂ ਹਟ ਗਿਆ, ਕਰੀਅਰ ਬਣਦਾ ਬਣਦਾ ਖਰਾਬ ਹੋ ਗਿਆ, ਕਰਜ਼ਾ ਹੈ ਸਿਰ, ਅਸੀਂ ਉਹਨਾਂ ਦਾ ਕਰਜ਼ਾ ਲਾ ਤਾਂ ਨਹੀਂ ਸਕਦੇ, ਅਸੀਂ ਉਹਨਾਂ ਦੀ ਕਬੀਲਦਾਰੀ ਚੱਕ ਤਾਂ ਨਹੀਂ ਸਕਦੇ, ਪਰ ਜਿੰਨੇ ਜੋਗੇ ਹੈਗੇ ਆ 5,000, 8,000, 10,000 ਜੋ ਸਾਡੀ ਔਕਾਤ ਹੋਊਗੀ, ਜੋ ਤੁਸੀਂ ਸਾਨੂੰ ਔਕਾਤ ਬਖਸ਼ੋਗੇ, ਉਨੇ ਪੈਸੇ ਅਸੀਂ ਸਮੇਂ ਤੋਂ ਸਮੇਂ, ਚਾਹੇ ਉਹਨਾਂ ਦੀ ਜਵਾਕਾਂ ਦੀ ਫੀਸ ਦੇ ਰੂਪ ਦੇ ਵਿੱਚ, ਚਾਹੇ ਉਸ ਘਰ ਦੀ ਸਵਾਣੀ ਨੂੰ, ਉਸ ਵਿਧਵਾ ਬੀਬੀ ਨੂੰ ਚੈੱਕ ਦੇ ਕੇ ਆਈਏ ਕਿ ਲੈ ਭੈਣੇ ਐਤਕੀ ਦਾ 2 ਮਹੀਨੇ ਤੇਰੇ, ਜੇ ਅਸੀਂ ਸਹਾਈ ਹੋ ਸਕੀਏ, ਜੇ ਹੋਰ ਨਹੀਂ ਤਾਂ ਰਾਸ਼ਨ ਹੈ ਸਹੀ, ਕਿਉਂਕਿ ਇਹੋ ਜਿਹੇ ਪਰਿਵਾਰਾਂ ਨਾਲ ਸਦਾ ਖੜਨ ਦੀ ਲੋੜ ਨਹੀਂ ਹੈ ਤੁਹਾਨੂੰ। ਸਟਰਗਲਿੰਗ ਦੌਰ 'ਚ ਨੇ, ਉਹਨਾਂ ਦੇ ਬੱਚੇ ਅੱਗੇ ਹੋਣਹਾਰ ਨੇ, ਪੜ੍ਹ ਰਹੇ ਨੇ, ਪਰ ਕਈ ਪਰਿਵਾਰ ਐਸੇ ਨੇ ਵੀ ਬੱਚਾ ਪੜ੍ਹ ਰਿਹਾ 11ਵੀਂ 12ਵੀਂ 'ਚ, ਬਾਪ ਸੁਸਾਈਡ ਕਰ ਗਿਆ, ਮਰ ਗਿਆ, ਬੀਬੀ ਵਿਧਵਾ ਹੋ ਗਈ, ਸੋ ਉਹ ਜਦੋਂ ਜਵਾਕ ਪੜ੍ਹਾਈ ਛੱਡ ਕੇ ਦਿਹਾੜੀ ਕਰਨ ਜਾਂਦਾ, ਘੱਟੋ ਘੱਟ ਅਸੀਂ ਉਹ ਰੋਕਣਾ ਚਾਹੁੰਦੇ ਹਾਂ ਵੀ ਉਹ ਇਹ ਨਾ ਹੋਵੇ ਵੀ ਯਾਰ ਮੇਰਾ ਪਿਓ ਮਰ ਗਿਆ ਸੀ ਅਤੇ ਸਾਡੀ ਮੇਰੀ ਕਿਸੇ ਨੇ ਫੀਸ ਕੱਢਣ ਜੋਗੇ ਵੀ ਪੈਸੇ ਨਹੀਂ ਸੀ, ਇਸ ਲਈ ਮੈਂ ਆਪਦੀਆਂ 12 ਸਾਲ ਦੀ 15 ਸਾਲ ਦੀ ਪੜ੍ਹਾਈ ਖੂਹ 'ਚ ਪਾ ਕੇ ਦਿਹਾੜੀ ਕਰਨ ਜਾ ਰਿਹਾ। ਸੋ ਅਸੀਂ ਚਾਹਾਂਗੇ ਕਿ ਉਹ ਪੜ੍ਹਨ, ਸਾਲ 2 ਸਾਲ ਇੰਨੇ ਨੂੰ ਅਗਲੇ ਸਟੱਡੀ ਪੂਰੀ ਹੋ ਜਾਂਦੀ ਹੈ ਤਾਂ ਉਹਨੂੰ ਦਿਹਾੜੀ ਤਾਂ ਨਹੀਂ ਕਰਨੀ ਪਊਗੀ, ਇੱਕ ਰਿਸਪੈਕਟਡ ਥੋੜ੍ਹੀ ਜਿਹੀ ਅੱਛੀ, ਜੇ ਦੇਖੋ ਜਿਹਦੀ ਵੀ ਪੜ੍ਹਾਈ ਪੂਰੀ ਹੋ ਜਾਵੇ ਉਹਨੂੰ ਨੌਕਰੀ ਉਹਦੇ ਹਿਸਾਬ ਨਾਲ ਮਿਲਦੀ ਹੈ ਫਿਰ। ਸੋ ਇਹੋ ਜਿਹੇ ਪਰਿਵਾਰਾਂ ਦੀ ਗੱਲ ਕਰਦਾ, ਉਹਦੇ ਵਿੱਚ ਕੁਛ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਘਰੇ ਰੋਟੀ ਵੀ ਨਹੀਂ ਪੱਕਦੀ ਅਤੇ ਬਹੁਤ ਤਰਸਯੋਗ ਹਾਲਤ 'ਚ ਨੇ ਕੁਛ ਪਰਿਵਾਰ ਆਪਣੇ, ਬੜੇ ਦੁੱਖ ਦੀ ਗੱਲ ਹੈ, ਪੱਟੀਆਂ ਕਰਨ ਲਈ ਪੈਸੇ ਨਹੀਂ, ਠੀਕ ਹੈ, ਕੱਪੜਿਆਂ ਦੇ ਜੋਗੇ ਪੈਸੇ ਨਹੀਂ, ਕਈ ਇਹੋ ਜਿਹੇ ਪਰਿਵਾਰ। ਫਿਰ ਉਹਨਾਂ ਜੇ ਸਾਡੀ ਮਤਲਬ ਔਕਾਤ ਹੋਊਗੀ ਤਾਂ ਅਸੀਂ ਉਹਨਾਂ ਲਈ ਵੀ ਕੁਛ ਕਰਾਂਗੇ। ਸੋ ਅਸੀਂ ਉਹ ਰਜਿਸਟਰਡ ਕਰਾ ਰਹੇ ਹਾਂ ਫੇਸਬੁੱਕ 'ਤੇ ਵੀ, ਉਹਦਾ ਪਰਿਵਾਰ ਹੋਊਗਾ। ਸੋ ਜਿੰਨੇ ਪਰਿਵਾਰ, ਜਿੰਨੇ ਵੀਰ ਉਹਦੇ ਵਿੱਚ ਡੋਨੇਟ ਕਰਿਆ ਕਰਨਗੇ, ਉਹ ਸਾਡੇ ਪੇਜ ਤੋਂ ਬੋਲ ਸਕਿਆ ਕਰਨਗੇ, ਉਹ ਆਪਣਾ ਵੀਡੀਓ ਕਲਿੱਪ ਬਣਾ ਕੇ ਭੇਜਣਗੇ, ਅਸੀਂ ਉਹਨਾਂ ਨੂੰ ਵਰਲਡ ਨੂੰ ਦਿਖਾਵਾਂਗੇ ਵੀ ਆਹ ਵੀਰ ਨੇ ਹੈਲਪ ਕੀਤੀ ਹੈ ਅਤੇ ਆਹ ਵੀਰ ਆਪਦੀ ਗੱਲ ਕਹਿਣੀ ਚਾਹ ਰਿਹਾ। ਸੋ ਕਿੰਨਾ ਡੋਨੇਸ਼ਨ ਆਈ, ਕਿੰਨੀ ਨਹੀਂ ਆਈ, ਇਹਦਾ ਸਾਰਾ ਹਿਸਾਬ ਕਿਤਾਬ ਤੁਹਾਡੇ ਕੋਲ ਹੀ ਹੋਊਗਾ, ਤੁਸੀਂ ਤਾਂ ਸਾਨੂੰ ਦੱਸਿਆ ਕਰੋਗੇ ਕਿ ਵੀਰ ਇੰਨਾ ਕੁ ਹੈ ਹੋਇਆ ਪਿਆ, ਤੁਸੀਂ ਇੰਨਾ ਕੁ ਕਰ ਦਿਉ। ਸੋ ਤੁਸੀਂ ਵਿਹਲੇ ਬੈਠਣ ਵਾਲੇ ਨਹੀਂ, ਤੁਹਾਨੂੰ ਵਿਹਲੇ ਨਹੀਂ ਹੋਣ ਦਿੰਦੇ। ਸੋ ਬਾਕੀ ਵੀਰੇ ਤੁਸੀਂ ਬਹੁਤ ਵਧੀਆ ਲੜੇ, ਆਪਦਾ ਖਿਆਲ ਰੱਖਿਓ ਸਾਰੇ ਜਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।